ਸਤਿ ਸ਼੍ਰੀ ਅਕਾਲ, ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਦੇ ਮਾਸਟਰ ਕੇਡਰ 'ਤੇ ਜਿਹੜਾ ਨੈੱਟ ਦਾ ਇਮਤਿਹਾਨ ਹੋਣ ਜਾ ਰਿਹਾ, ਉਹਦੇ ਵਿੱਚ ਤੁਹਾਡੀ ਜਿੰਨੀ ਕੁ ਮਦਦ ਹੋ ਸਕਦਾ ਕਰਦੇ ਹਾਂ ਜੀ ਅਸੀਂ ਇਸ ਚੈਨਲ 'ਤੇ। ਅਤੇ ਜੇ ਚੈਨਲ 'ਤੇ ਪਹਿਲੀ ਵਾਰ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਜਿਹੜੀ ਸਾਡੀ ਅੱਜ ਦੀ ਵੀਡੀਓ ਹੈ, ਇਹ ਜੀ ਬਾਬਾ ਬਲਵੰਤ ਨਾਲ ਉਹਨਾਂ ਜੀਵਨ ਚਾਤ ਰਚਨਾਵਾਂ ਅਤੇ ਉਹਨਾਂ ਦੀ ਕਾਵਿ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ ਆਪਾਂ। ਜਿੰਨਾ ਕੁ ਹੋ ਸਕਿਆ ਕੋਸ਼ਿਸ਼ ਕਰਾਂਗੇ ਕਿਤਾਬਾਂ ਦੇ ਵਿੱਚ ਜਿੰਨਾ ਤੁਸੀਂ ਪੜ੍ਹਿਆ ਉਹਨੂੰ ਵੀ ਅਸੀਂ ਯਾਦ ਕਰਵਾ ਸਕੀਏ, ਅਤੇ ਨਾਲ ਦੀ ਨਾਲ ਕੁਝ ਥੋੜ੍ਹਾ ਬਹੁਤਾ ਵੱਖਰਾ ਵੀ ਲੈ ਕੇ ਆ ਸਕੀਏ। ਅਤੇ ਵੀਡੀਓ ਕਿਵੇਂ ਲੱਗਦੀ ਉਹ ਕਮੈਂਟ ਕਰਕੇ ਦੱਸ ਦਿਆ ਕਰੋ ਹੇਠਾਂ। ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਜਨਮ ਬਾਰੇ ਗੱਲ ਕਰਾਂਗੇ, ਤੁਸੀਂ ਪੜ੍ਹਿਆ ਵੀ ਹੋਣਾ। ਅਤੇ ਬਾਬਾ ਜੀ ਦਾ ਜਿਹੜਾ ਜਨਮ ਹੈ ਜੀ 1915 ਦੇ ਵਿੱਚ ਠਾਕੁਰ ਦੀਨਾਨਾਥ ਦੇ ਘਰ ਹੁੰਦਾ, ਅੰਮ੍ਰਿਤਸਰ ਦੇ ਵਿੱਚ ਪਿੰਡ ਨੇਸ਼ਟਾ। ਅਤੇ ਬਾਬਾ ਜੀ ਦੇ ਬਚਪਨ ਦੇ ਵਿੱਚ ਉਹਨਾਂ ਦੇ ਪਿਤਾ ਵੈਦਿਕੀ ਦਾ ਧੰਦਾ ਕਰਨ ਲਈ ਅੰਮ੍ਰਿਤਸਰ ਦੇ ਵਿੱਚ ਆ ਗਏ ਸੀਗੇ ਜੀ। ਅਤੇ ਇੱਥੇ ਉਹਨਾਂ ਨੇ ਸਾਹੀ ਵੈਦਿਕ ਸਫਾਖਾਨਾ ਪੰਜਾਬ ਨਾਂ ਹੇਠ ਹਿਕਮਤ ਸ਼ੁਰੂ ਕੀਤੀ ਸੀ ਉਹਨਾਂ ਨੇ, ਲੋਕਾਂ ਦੇ ਇਲਾਜ ਜਿਹਨੂੰ ਕਹਿੰਦੇ ਆਪਾਂ ਵੈਦਿਕ। ਵੈਦਿਕ ਤੌਰ 'ਤੇ ਸਾਹੀ ਵੈਦਿਕ ਸਫਾਖਾਨਾ ਪੰਜਾਬ। ਬਾਅਦ ਵਿੱਚ ਜਿਹੜਾ ਅੰਮ੍ਰਿਤਸਰ ਦੇ ਨਾਲ ਅੰਦਰੂਨੀ ਬਾਜ਼ਾਰ ਸੀ, ਬਾਬਾ ਜੀ ਦੇ ਲਈ ਇਹੀ ਕਰਮ ਭੂਮੀ ਬਣ ਗਿਆ। ਇੱਥੇ ਹੀ ਉਹਨੇ ਆਪਣੀ ਜ਼ਿੰਦਗੀ ਦਾ ਜਿਹੜਾ ਜ਼ਿਆਦਾ ਵਕਤ ਅਤੇ ਆਰਥਿਕ ਜਿਹੜੀਆਂ ਲੋੜਾਂ ਦੇ ਨਾਲ ਜੂਝਿਆ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ, ਉਹ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਸ ਤੋਂ ਜਿਹੜੀ ਅਗਲੀ ਗੱਲ ਹੈ ਕਿ ਜਿਹੜਾ ਬਾਬਾ ਬਲਵੰਤ ਦਾ ਨਾਮ ਬਾਬਾ ਬਲਵੰਤ ਸਾਡੇ ਸਾਹਮਣੇ ਕਿਵੇਂ ਆਉਂਦਾ ਗਾ, ਉਹਦੇ ਨਾਲ ਸੰਬੰਧਿਤ ਇੱਕ ਬੜੀ ਰੌਚਿਕ ਕਹਾਣੀ ਹੈ ਜੀ। ਅਤੇ ਨਾਮਕਰਨ ਦੇ ਨਾਲ ਸੰਬੰਧਿਤ ਪੇਪਰ ਦੇ ਵਿੱਚ ਕਈ ਵਾਰੀ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆਇਆ, ਇੱਕ ਤਾਂ ਖਾਸ ਤੌਰ 'ਤੇ ਆਇਆ, ਆਪਾਂ ਥੋੜ੍ਹੀ ਜਿਹੀ ਵੱਧ ਗੱਲ ਕਰਾਂਗੇ। ਅਸਲ ਦੇ ਵਿੱਚ ਜਿਹੜਾ ਉਹਦਾ ਭਰਾ ਸੀਗਾ ਹਰਬੰਸ ਲਾਲ ਤੂਫਾਨ ਨੇ ਦੱਸਿਆ, ਜਨਮ ਬਾਰੇ ਦੱਸਿਆ, ਜਿਹਦੇ ਵਿੱਚ ਉਸਨੂੰ ਪਤਾ ਲੱਗਦਾ ਗਾ ਕਿ ਬਾਬਾ ਜੀ ਦਾ ਜਨਮ ਮੰਗਲਵਾਰ ਵਾਲੇ ਦਿਨ ਹੋਣ ਕਰਕੇ ਮਾਪਿਆਂ ਨੇ ਉਹਦਾ ਨਾਂ ਦੀਵਾਨ ਮੰਗਲ ਸੈਨ ਰੱਖਿਆ ਸੀਗਾ। ਇਹ ਯਾਦ ਰੱਖਿਓ ਇੱਕ ਤਾਂ ਗੱਲ, ਦੀਵਾਨ ਮੰਗਲ ਸੈਨ, ਇਹ ਪ੍ਰਸ਼ਨ ਦੇ ਪ੍ਰਸ਼ਨ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਜੀ। ਬਾਬਾ ਜੀ ਦੇ ਜਨਮ ਤੋਂ ਪਹਿਲਾਂ ਉਹਨਾਂ ਦੇ ਤਿੰਨ ਭਰਾ ਸੀ ਜਿਹੜੇ ਵਾਲ ਬਰੇਸ ਵਿੱਚ ਦੁਨੀਆ ਤੋਂ ਕੂਚ ਕਰ ਗਏ ਸੀਗੇ। ਅਤੇ ਉਸ ਤੋਂ ਬਾਅਦ ਜਿਹੜੇ ਧਾਰਮਿਕ ਵਿਸ਼ਵਾਸ ਸੀਗੇ, ਧਾਰਮਿਕ ਵਿਸ਼ਵਾਸਾਂ ਅਤੇ ਲੋਕ ਮਾਨਤਾ ਦੇ ਅਨੁਸਾਰ ਉਹਨਾਂ ਨੂੰ ਜੰਮਦਿਆਂ ਹੀ ਰੂੜੀ ਦੇ ਢੇਰ 'ਤੇ ਸੁੱਟ ਦਿੱਤਾ ਗਿਆ ਸੀ। ਉਹ ਵਹਿਮ ਕਹਿ ਲਓ ਜਾਂ ਵਿਸ਼ਵਾਸ ਸੀਗਾ ਇੱਕ ਤਰ੍ਹਾਂ ਦਾ, ਉਹਦਾ ਕਾਰਨ ਇਹ ਸੀਗਾ, ਸੰਕੇਤਕ ਅਰਥ ਇਹ ਸੀ ਕਿ ਉਹਨਾਂ ਦੇ ਪਿਤਾ ਦੇ ਕਿ ਉਹ ਉਹਨਾਂ ਦੇ ਪਿਤਾ ਦੇ ਘਰ ਨਹੀਂ ਜੰਮੇ, ਸਗੋਂ ਰੂੜੀ ਤੋਂ ਚੁੱਕ ਕੇ ਲਿਆਏ ਹਨ। ਅਤੇ ਇਸ ਕਰਕੇ ਉਹਨਾਂ ਦਾ ਨਾਂ ਰੂੜਾ ਮੱਲ ਵੀ ਰੱਖ ਦਿੱਤਾ ਗਿਆ ਸੀ। ਦੋ ਨਾਮ ਸਾਡੇ ਸਾਹਮਣੇ ਆ ਚੁੱਕੇ ਨੇ ਜੀ, ਇਹ ਦਿਮਾਗ ਦੇ ਵਿੱਚ ਰੱਖਿਓ ਤੁਸੀਂ। ਅਤੇ ਲੋਕ ਵਿਸ਼ਵਾਸ ਅਨੁਸਾਰ 12 ਵਰ੍ਹਿਆਂ ਤੱਕ ਉਹਨਾਂ ਦੇ ਮੁੰਡਨ ਵੀ ਨਾ ਕੀਤੇ ਗਏ ਤਾਂ ਜੋ ਬਾਲਕ ਜਿਉਂਦਾ ਰਹਿ ਸਕੇ, ਜਿਉਂਦਾ ਰਹਿ ਸਕੇ। ਇਹ ਲੋਕ ਵਿਸ਼ਵਾਸ ਉਸ ਸਮੇਂ ਦੇ ਵਿਸ਼ਵਾਸ ਸੀਗੇ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ ਤੁਸੀਂ, ਜਦੋਂ ਉਹਨਾਂ ਦਾ 12 ਵਰ੍ਹਿਆਂ ਤੱਕ ਮੁੰਡਨ ਨਾ ਕੀਤਾ ਗਿਆ, ਜਿਹਦੇ ਕਾਰਨ ਉਹਦੇ ਜਿਹੜੇ ਵਾਲ ਸੀਗੇ, ਵਾਲਾਂ ਦੀ ਜਟੋਰੀਆਂ ਜਾਂ ਜਟਾਵਾਂ ਕਹਿ ਦਿੰਦੇ ਆਪਾਂ, ਉਹ ਬਣ ਗਈਆਂ। ਅਤੇ ਲੋਕ ਅਕਸਰ ਇਸ ਬਾਲਕ ਨੂੰ ਵਾਵਾ ਕਹਿਣ ਲੱਗੇ। ਵਾਵਾ ਨਾਮ ਕਿਵੇਂ ਆਇਆ ਪਹਿਲਾਂ ਤੁਸੀਂ ਇਹ ਧਿਆਨ ਦੇ ਵਿੱਚ ਹੁਣ ਰੱਖ ਦਿਓ, ਠੀਕ ਹੈ ਨਾ ਜੀ। ਅਤੇ ਬਾਬਾ ਜੀ ਦੇ ਅੰਦਰ ਇੱਕ ਕਵੀ ਕਲਾਕਾਰ ਬੈਠਾ ਸੀਗਾ। ਅਤੇ ਸਾਨੂੰ ਪਤਾ ਗਿਆ ਕਿ ਜਿਹੜੇ ਕਲਾਕਾਰ ਲੋਕ ਹੁੰਦੇ ਆ ਥੋੜ੍ਹਾ ਜਿਹਾ ਕੁਝ ਵੱਖਰਾ ਰੱਖ ਕਰਨ ਵਾਲੇ ਹੁੰਦੇ ਨੇ। ਅਤੇ ਆਪਾਂ ਅੱਗੇ ਦੇਖਦੇ ਹਾਂ, ਜਦੋਂ ਉਹਨੇ ਸਿਰ ਚੁੱਕਿਆ, ਸਮਝ ਆਈ ਕਵੀ ਕਲਾਕਾਰ ਜਿਹੜਾ ਉਹਦੇ ਅੰਦਰ ਬੈਠਾ ਸੀ, ਤਾਂ ਉਹਨੂੰ ਰੂੜਾ ਮੱਲ ਨਾਂ ਸੀ ਜਿਹੜਾ ਉਹਦੇ ਵਿੱਚੋਂ ਸੁਹਜ ਸੁਆਦ ਤੋਂ ਸੱਖਣਾ ਜਾ ਪਿਆ, ਉਹਨੂੰ ਰੂੜਾ ਮੱਲ ਨਾਮ ਆਪਣਾ ਚੰਗਾ ਨਹੀਂ ਲੱਗਿਆ। ਅਤੇ ਉਹਨੇ ਆਪਣਾ ਨਾਮ ਬਦਲ ਕੇ ਬਲਵੰਤ ਰਾਏ ਸ਼ਰਮਾ ਰੱਖ ਲਿਆ, ਬਲਵੰਤ ਰਾਏ ਸ਼ਰਮਾ ਰੱਖ ਲਿਆ, ਇਹ ਵੀ ਯਾਦ ਰੱਖਿਓ ਤੁਸੀਂ। ਪਰ ਸਾਹਿਤ ਕਰਕਿਆਂ ਦੇ ਵਿੱਚ ਉਹ ਬਾਬਾ ਬਲਵੰਤ ਦੇ ਨਾਮ ਨਾਲ ਹੀ ਜਾਣੇ ਜਾਂਦੇ ਨੇ। ਅੱਜ ਤੱਕ ਸਾਡੇ ਕੋਲ ਨਾਮ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਬਲਵੰਤ ਦਾ ਰੂਪ ਇੱਕ ਯੋਗੀ ਵਾਲਾ ਹੈ, ਇਹ ਚੀਜ਼ ਨੂੰ ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੀ ਰੱਖਣਾ ਜੀ। ਇਸ ਦੇ ਉਲਟ ਬਲਵੰਤ ਗਾਰਗੀ ਦਾ ਰੂਪ ਭੋਗੀ ਵਾਲਾ ਹੈ। ਦੋ ਬਲਵੰਤ ਹੋਏ ਨੇ ਸਾਡੇ ਕੋਲ, ਬਾਬਾ ਬਲਵੰਤ ਅਤੇ ਬਲਵੰਤ ਗਾਰਗੀ, ਦੋਨਾਂ ਨੂੰ ਧਿਆਨ 'ਚ ਰੱਖਿਓ। ਇਹ ਦੋਵੇਂ ਬਲਵੰਤ ਪੰਜਾਬੀ ਸਾਹਿਤ ਦੇ ਧਰੂਹ ਤਾਰੇ ਕਹਿ ਸਕਦੇ ਹਾਂ ਅਸੀਂ। ਅਤੇ ਇਹਨਾਂ ਦੋਨਾਂ ਦੇ ਵਿੱਚੋਂ ਯੋਗੀ ਆ ਜਿਹੜਾ ਬਾਬਾ ਬਲਵੰਤ ਹੈ, ਅਤੇ ਜਿਹੜਾ ਭੋਗੀ ਸ਼ਬਦ ਵਰਤਿਆ ਗਿਆ ਜਿਹਦੇ ਲਈ, ਉਹ ਬਲਵੰਤ ਗਾਰਗੀ ਲਈ ਆ। ਉਸ ਤੋਂ ਅਗਲੀ ਗੱਲ ਕਰਦੇ ਹਾਂ ਸਿੱਖਿਆ ਬਾਰੇ। ਮੁੱਢਲੀ ਸਿੱਖਿਆ ਘਰ ਦੇਣ ਦਾ ਰਿਵਾਜ਼ ਸੀਗਾ, ਉਸੇ ਪਰੰਪਰਾ 'ਤੇ ਚੱਲਦਿਆਂ ਬਾਬਾ ਜੀ ਨੇ ਮੁੱਢਲੀ ਸਿੱਖਿਆ ਘਰ ਹੀ ਪ੍ਰਾਪਤ ਕੀਤੀ ਹੈ। ਉਰਦੂ ਉਸ ਵੇਲੇ ਦੀ ਸਿੱਖਿਆ ਦੀ ਜ਼ੁਬਾਨ ਸੀਗੀ, ਫਾਰਸੀ ਸਾਹੀ ਜ਼ੁਬਾਨ ਸੀ, ਹਿੰਦੂ ਘਰਾਂ ਵਿੱਚ ਹਿੰਦੀ ਧਰਮ ਦੀ ਜ਼ੁਬਾਨ ਸੀ। ਬਾਬਾ ਜੀ ਨੇ ਜਿਹੜੀ ਇਹ ਜ਼ੁਬਾਨਾਂ ਸਿੱਖੀਆਂ, ਅਤੇ ਪਰ ਉਹਨਾਂ ਨੂੰ ਅੰਗਰੇਜ਼ੀ ਤਰਜ ਵਾਲੇ ਜਿਹੜੇ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ, ਨਹੀਂ ਤਾਂ ਸ਼ਾਇਦ ਮਿਲਦਾ ਮੌਕਾ ਤਾਂ ਉਹ ਅੰਗਰੇਜ਼ੀ ਨੂੰ ਵੀ ਸਿੱਖ ਲੈਂਦੇ। ਪੰਜਾਬੀ ਜ਼ੁਬਾਨ ਉਹਨਾਂ ਅੰਦਰਲੇ ਕਵੀ ਦੀ ਜ਼ੁਬਾਨ ਸੀ, ਅਤੇ ਉਹਨਾਂ ਦੇ ਕਵਿਤਾ ਰਾਹੀਂ ਇਸ ਜ਼ੁਬਾਨ ਨੂੰ ਵੱਖਰੀ ਕਿਸਮ ਦਾ ਸੋਹਜ ਬੋਧ ਅਤੇ ਕਾਵਿ ਫਲਸਫਾ ਬਖਸ਼ਿਆ। ਹੁਣ ਕੰਮ ਧੰਦਿਆਂ ਦੀ ਗੱਲ ਕਰ ਲਈਏ ਥੋੜ੍ਹੇ ਬਹੁਤੇ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਜਿਹੜੇ ਕੰਮ ਧੰਦੇ ਕੀਤੇ, ਸਾਨੂੰ ਪਤਾ ਕਿ ਦੇਖਣ ਤੋਂ ਪਹਿਲਾਂ ਤੋਂ ਹੀ ਅਸੀਂ ਗੱਲ ਕੀਤੀ ਆ, ਅਲਵੇਲੇ ਸੁਭਾਅ ਦਾ ਸੀਗਾ, ਵੱਖਰਾ ਸੀ। ਕਈ ਪਾਪੜ ਬਿਲ ਨੇ ਪੈ ਰੋਟੀ ਕਮਾਉਣ ਦੇ ਲਈ,
ਪਰ ਕਿਸੇ ਦੀ ਹੈਂਕੜ ਨਹੀਂ ਮੰਨੀ, ਕਿਸੇ ਦੀ ਗੁਲਾਮੀ ਨਹੀਂ ਕਬੂਲੀ, ਨਿਡਰਤਾ ਦੇ ਮਾਲਕ ਤਾਂ ਰਹੇ, ਸਰਕਾਰਾਂ ਧਰਮ ਸਮਾਜ ਦੇ ਫੋਕੇ ਚੌਧਰੀਆਂ ਦੀ ਟੈਅ ਨਹੀਂ ਮੰਨੀ, ਕਹਿ ਸਕਦੇ ਆਪਾਂ ਲੋਹੇ ਦੀ ਲੱਠ ਵਾਂਗ ਬਣੇ ਰਹੇ ਉਹ। ਮੁਨੀਮੀ ਕੀਤੀ, ਇਹ ਯਾਦ ਰੱਖਿਓ, ਮੁਨੀਮੀ ਜ਼ਰੂਰੀ ਆ। ਬਾਬਾ ਬਲਵੰਤ ਦੇ ਕਿੱਤਿਆਂ ਦੇ ਵਿੱਚ ਮੁਨੀਮੀ ਦਾ ਖਾਸ ਕੰਮ ਰਿਹਾ ਇਹਦੇ ਵਿੱਚ, ਕਿਉਂਕਿ ਹਿੰਦੂ ਭਾਈਚਾਰੇ ਦੇ ਵਿੱਚ ਮੁਨੀ ਬਣਦਾ ਹੀ ਰਿਵਾਜ਼ ਸੀ। ਪਰ ਆਮ ਮੱਧਵਰਗੀ ਪਰਿਵਾਰਾਂ ਦੇ ਬੱਚੇ ਇਸ ਕੰਮ ਦੇ ਵਿੱਚ ਬੜੇ ਪ੍ਰਵੀਨ ਕਹਿ ਸਕਦੇ ਹੁੰਦੇ ਸੀਗੇ, ਪਰ ਬਾਬਾ ਬਲਵੰਤ ਨੂੰ ਇਹ ਹਿਸਾਬ ਕਿਤਾਬ ਵੀ ਮਨਜ਼ੂਰ ਨਹੀਂ ਸੀ। ਥੋੜ੍ਹੇ ਸਮੇਂ ਬਾਅਦ ਉਹਨੇ ਬਦਲਤਾ ਸੀ, ਗੱਤੇ ਦੇ ਡੱਬੇ ਬਣਾਏ, ਲਿਫਾਫੇ ਬਣਾਏ, ਸੂਤ ਰੰਗਣ ਦਾ ਕੰਮ ਕੀਤਾ, ਖੱਦਰ ਦੀਆਂ ਟੋਪੀਆਂ ਸਿਉਂਤੀਆਂ, ਅੰਤ ਕੱਪੜੇ ਠੋਕਣ ਦਾ ਕੰਮ ਵੀ ਕੀਤਾ। ਠੀਕ ਹੈ ਨਾ ਜੀ, ਇਹ ਚੀਜ਼ਾਂ ਨਿੱਕੇ ਨਿੱਕੇ ਕਿੱਤੇ ਉਹਨਾਂ ਨੇ ਅਪਣਾਏ, ਅਤੇ ਇਹ ਕੰਮ ਉਹਨਾਂ ਸਮੇਂ ਵਿੱਚ ਕਾਫੀ ਮੰਗ ਸੀ ਸਾਨੂੰ ਪਤਾ। ਅਤੇ ਪਰ ਬਾਬਾ ਜੀ ਦੇ ਸਾਹਾਂ ਦੇ ਵਿੱਚ ਜਿਹੜੀ ਕਵਿਤਾ ਕੁੜੀ ਹੋਈ ਸੀ, ਅੱਖਾਂ ਵਿੱਚ ਸੁਪਨੇ ਸੀਗੇ, ਹੱਥ ਵਿੱਚ ਕਲਮ ਸੀ ਅਤੇ ਸੋਚ ਵਿੱਚ ਬਗਾਵਤ ਸੀ, ਅਤੇ ਦੁਨੀਆ ਦੇ ਕੰਮ ਧੰਦੇ ਅਜਿਹੇ ਬੰਦਿਆਂ ਨੂੰ ਰਾਸ ਨਹੀਂ ਆਉਂਦੇ, ਅਤੇ ਉਹ ਉਸੇ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਇੱਕ ਜ਼ਿੰਦਗੀ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਦੇ, ਕਿਨਾਰਾ ਕਰਦੇ, ਅੱਖਾਂ ਨੂੰ ਬਾਬਾ ਬਲਵੰਤ ਦੇ ਤੌਰ 'ਤੇ, ਨਾਂ ਦੇ ਤੌਰ 'ਤੇ ਸਾਡੇ ਸਾਹਮਣੇ ਆਏ ਨੇ ਉਹ ਬਾਬਾ ਬਲਵੰਤ। ਅਤੇ ਜਿਹੜਾ ਇੱਕ ਉਹਨਾਂ ਦੀ ਵਾਰੀ ਦਿੱਖ ਬਾਰੇ ਲਿਖਿਆ ਮਿਲਦਾ, ਕੁਲਵੀਰ ਸਿੰਘ ਕਾਂਗ ਨੇ ਲਿਖਿਆ ਗਾ, ਕਿਉਂਕਿ ਇਹ ਕਹੀਏ ਕਿਉਂ ਇੱਥੇ ਤੁਹਾਡੇ ਨਾਲ ਸਾਂਝ ਬਣਾ ਰਹੇ, ਕਿਉਂਕਿ ਨੈੱਟ ਦੇ ਵਿੱਚ ਜਿਵੇਂ ਇਸ ਵਾਰ ਪ੍ਰਸ਼ਨ ਆਏ ਸੀ ਨਾ ਕਾਫੀ, ਤਾਂ ਇਸ ਤਰੀਕੇ ਦੇ ਆ ਜਾਂਦੇ ਹੁੰਦੇ ਨੇ। ਠੀਕ ਹੈ ਨਾ ਜੀ, ਬਾਬਾ ਜੀ ਨੇ ਕਿਸੇ ਐਤਵਾਰ ਛੁੱਟੀ ਵਾਲੇ ਦਿਨ ਆ ਜਾਂਦੇ, ਉਹਨਾਂ ਦਿਨਾਂ ਵਿੱਚ ਕਲਾਸੀਕਲੀ ਸੰਗਤ ਵਿੱਚ ਗੁਜ਼ਰਦਾ ਸੀ, ਚੰਗਾ ਗੱਠਵਾ ਸਰੀਰ। ਹਾਂ, ਹੋ ਸਕਦਾ ਇਸ ਤਰੀਕੇ ਨਾਲ ਇੱਥੋਂ ਪਾ ਦੇਣ ਕਿ ਚੰਗਾ ਗੱਠਵਾ ਸਰੀਰ, ਪਸਾਹਾਂ ਵੱਲ ਵਾਹੇ ਹੋਏ ਬਾਲ, ਖੱਦਰ ਦਾ ਕੁੜਤਾ ਪਜਾਮਾ, ਖੱਬੇ ਹੱਥ ਖੱਦਰ ਦਾ ਥੈਲਾ, ਗਰਮੀਆਂ ਵਿੱਚ ਸਤਰੀ, ਥੈਲੇ ਵਿੱਚ ਨਿੰਬੂ, ਲੂਣ ਦੀ ਬੁੜੀ, ਛੋਟਾ ਚਾਕੂ, ਕਦੀ ਕੋਈ ਚੂਰਨ ਜਾਂ ਦਵਾਈ ਵੀ ਹੁੰਦੀ, ਸਿਆਲਾਂ ਵਿੱਚ ਨਹਿਰੂ ਬਾਸਕਟ ਪਾਈ ਹੁੰਦੀ। ਇੱਥੇ ਸਵਾਲ ਹੈ, ਇਹ ਵੀ ਅਸਦਾ ਕਿ ਕਿਸ ਲੇਖਕ ਬਾਰੇ ਆ, ਅਤੇ ਇੱਥੇ ਸਵਾਲ ਇਹ ਵੀ ਉਸਦਾ ਕਿ ਇਹ ਬਾਬਾ ਬਲਵੰਤ ਬਾਰੇ ਇਹ ਲੈਣਾ ਕਿਸ ਨੇ ਲਿਖਿਆ ਨੇ ਜੀ? ਡਾਕਟਰ ਕੁਲਵੀਰ ਸਿੰਘ ਕਾਂਗ ਨੇ ਉਹਨਾਂ ਦਾ ਜਿਹੜਾ ਵਾਰੀ ਦਿਖਦਾ ਵਰਣਨ ਕੀਤਾ, ਇਹ ਧਿਆਨ ਦੇ ਵਿੱਚ ਤੁਸੀਂ ਰੱਖਿਓ ਜੀ। ਅਤੇ ਜਿਹੜੇ ਕੰਮ ਧੰਦਿਆਂ ਤੋਂ ਬਾਅਦ ਆਪਾਂ ਇੱਕ ਗੱਲ ਹੋਰ ਵੀ, ਕਿ ਜਿਹੜਾ ਉਹਨਾਂ ਦੇ ਪ੍ਰਭਾਵ ਪਿਆ ਕਵਿਤਾ ਦੇ ਵਿੱਚ, ਹਾਂ ਜਿਹੜੀ ਉਹਨਾਂ ਦੀ ਕਵਿਤਾ 'ਤੇ ਪ੍ਰਭਾਵ ਪਿਆ, ਦੂਸਰੇ ਵਿਸ਼ਵ ਯੁੱਧ ਨੇ ਉਹਨਾਂ ਨੂੰ ਕੁਝ ਜੋੜ ਕੇ ਰੱਖ ਦਿੱਤਾ ਸੀਗਾ ਜੀ। ਕਲਾ ਉਸ ਦੇ ਜੀਵਨ ਦੇ ਘੋਰ ਸੰਘਰਸ਼ ਵਿੱਚੋਂ ਫੁੱਟੀ ਹੋਈ ਜਾਪਦੀ ਆ, ਦੇਖਣ ਦੇ ਵਿੱਚ ਮਿਲਦਾ ਹੈ। ਅੰਤ ਤੱਕ ਜ਼ਿੰਦਗੀ ਅਤੇ ਆਰਥਿਕ ਸੰਘਰਸ਼ ਵਿੱਚ ਘੁਲਦਾ ਰਿਹਾ ਬਾਬਾ ਬਲਵੰਤ। 1972 ਦੀ ਗੱਲ ਹੈ ਕਿ ਦਿੱਲੀ ਦੀ ਇੱਕ ਸੜਕ ਦੇ ਉੱਪਰ ਅਚਾਨਕ ਗਰਮੀ ਦੀ ਤਪਸ ਦੇ ਕਾਰਨ ਤੁਰੇ ਜਾਂਦੇ, ਸੜਕ 'ਤੇ ਤੁਰੇ ਜਾਂਦੇ ਹੀ ਦਮ ਤੋੜ ਗਏ ਸੀਗੇ। ਇੱਕ ਬਹੁਤ ਵੱਡੀ ਘਟਨਾ ਕਹਿ ਸਕਦੇ ਹਾਂ, ਸਾਹਿਤ ਦੇ ਵਿੱਚ ਇੱਕ ਬੜਾ ਵੱਡਾ ਘਾਟਾ ਕਹਿ ਸਕਦੇ ਹਾਂ, ਕਿ ਜ਼ਿੰਦਗੀ ਦੀਆਂ ਆਰਥਿਕ ਸਮੱਸਿਆਵਾਂ ਨਾਲ ਜੂਝਦਾ ਹੋਇਆ ਉਹ ਸਾਹਿਤਕਾਰ, ਜਿਹੜਾ ਇੰਨੇ ਕੀਮਤੀ ਸਾਨੂੰ ਸ਼ਬਦ ਅਤੇ ਇੰਨੀਆਂ ਕੀਮਤੀ ਰਚਨਾਵਾਂ ਦੇ ਕੇ ਗਿਆ, ਉਹ ਸੜਕ 'ਤੇ ਇੱਕ ਤਪਸ ਦੇ ਕਾਰਨ, ਗਰਮੀ ਦੇ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਅਤੇ ਸਾਨੂੰ ਪਤਾ ਕਿ ਉਹਨੇ 5 ਕਾਵਿ ਸੰਗ੍ਰਹਿ ਦਿੱਤੇ ਨੇ ਜੀ, ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਤੇ ਯਾਦ ਵੀ ਕਰਵਾਵਾਂਗੇ, ਫਿਕਰ ਨਾ ਕਰੋ। ਸਭ ਤੋਂ ਪਹਿਲਾਂ ਮਹਾਨਾਚ 1941 ਦੇ ਵਿੱਚ, ਅਮਰਗੀਤ 1942 ਦੇ ਵਿੱਚ, ਜਵਾਲਾਮੁਖੀ 1943 ਦੇ ਵਿੱਚ, ਅਤੇ ਬੰਦਰਗਾਹ 1951 ਦੇ ਵਿੱਚ, ਅਤੇ ਸੁਗੰਧ ਸਮੀਰ 1969 ਦੇ ਵਿੱਚ। ਇਸ ਤੋਂ ਪਹਿਲਾਂ ਇੱਕ ਗੱਲ ਹੋਰ ਧਿਆਨ 'ਚ ਰੱਖਿਓ ਕਿ ਸਭ ਤੋਂ ਪਹਿਲਾਂ ਬਾਬਾ ਬਲਵੰਤ ਨੇ ਉਰਦੂ 'ਚ ਲਿਖਣਾ ਸ਼ੁਰੂ ਕੀਤਾ ਸੀ, ਇਹ ਗੱਲ ਰਹਿ ਗਈ ਹੋਣੀ ਹੈ ਧਿਆਨ 'ਚ। ਅਤੇ ਉਰਦੂ ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਲਿਖੀ ਸੀਗੀ ਸਭ ਤੋਂ ਪਹਿਲਾਂ, ਜਿਹਦੇ ਵਿੱਚ ਬੜੀਆਂ ਕ੍ਰਾਂਤੀਕਾਰੀ ਕਵਿਤਾਵਾਂ ਸੀਗੀਆਂ, ਅਤੇ ਉਹਨੂੰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਸੀਗਾ। ਉਸ ਕਿਤਾਬ ਦਾ ਨਾਂ ਕੀ ਹੈ ਤੁਸੀਂ ਕਮੈਂਟ ਕਰਕੇ ਹੇਠਾਂ ਦੱਸਣਾ। ਬਾਬਾ ਬਲਵੰਤ ਦੀ ਪਹਿਲੀ ਕਿਤਾਬ, ਉਹ ਵੈਸੇ ਲਿਖੀ ਗਈ ਉਰਦੂ ਦੇ ਵਿੱਚ ਸੀਗੀ, ਇਹ ਵੀ ਧਿਆਨ 'ਚ ਰੱਖਿਓ, ਅਤੇ ਜਿਹਨੂੰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਸੀਗਾ। ਅਤੇ ਜਿਹੜੀ ਅਸੀਂ ਮਹਾਨਾਚ, ਅਮਰਗੀਤ, ਜਵਾਲਾਮੁਖੀ, ਬੰਦਰਗਾਹ, ਸੁਗੰਧ ਸਮੇਤ ਪੰਜਾਬੀ ਸਾਹਿਤ ਦੇ ਹਿੱਸੇ ਉਹਨਾਂ ਨੇ 5 ਕਾਵਿ ਸੰਗ੍ਰਹਿ ਪਾਏ ਨੇ, ਅਤੇ ਇਹਨੂੰ ਯਾਦ ਕਰਨ ਦਾ ਢੰਗ ਵੀ ਆਪਾਂ ਦੱਸਾਂਗੇ। ਅਤੇ ਇਸ ਤੋਂ ਬਿਨਾਂ ਜਿਹੜਾ ਉਹਨਾਂ ਨੇ ਬਹੁਤ ਸਾਰੇ ਲੇਖ ਪੰਜਾਬੀ ਗਦ ਵਿੱਚ ਲਿਖੇ, ਜਿਹੜੇ ਸਮੇਂ ਸਮੇਂ 'ਤੇ ਮਾਸਿਕ ਪੱਤਰਾਂ ਦੇ ਵਿੱਚ ਸ਼ਿੰਗਾਰ ਬਣਦੇ ਰਹੇ, ਅਤੇ ਜਿਹਦੇ ਵਿੱਚੋਂ ਇੱਕ ਨਿਬੰਧਾਂ ਦਾ ਇੱਕ ਸੰਗ੍ਰਹਿ ਆ, ਆਪਣੇ ਰੰਗ, ਆਪਣੇ ਰੰਗ, ਇਹ ਯਾਦ ਰੱਖਿਓ, ਬਾਬਾ ਬਲਵੰਤ ਦੇ ਨਿਬੰਧਾਂ ਦਾ ਜਿਹੜਾ ਸੰਗ੍ਰਹਿ ਆ ਜੀ, ਆਪਣੇ ਰੰਗ, ਜਿਹੜਾ ਸਿਰਲੇਖ ਦੇ ਅਧੀਨ ਜਿਹੜਾ ਪ੍ਰਕਾਸ਼ਿਤ ਹੋਇਆ ਹੋਇਆ ਗਾ ਜੀ, ਉਹਦੇ ਵਿੱਚ ਨਿਬੰਧ ਮਿਲਣਗੇ ਤੁਹਾਨੂੰ ਬਾਬਾ ਬਲਵੰਤ ਦੇ। ਇੱਕ ਬਾਬਾ ਬਲਵੰਤ ਦੀ ਕਵਿਤਾ ਗੀ ਜਿਹੜੀ ਸਮਾਜਵਾਦ, ਅਤੇ ਉਹ ਬੜੀ ਉਹਦੀ ਕ੍ਰਾਂਤੀ ਦਾ ਸਿਖਰ ਕਹਿ ਸਕਦੇ ਹਾਂ। ਬਾਬਾ ਬਲਵੰਤ ਬੌਧਿਕ ਕਾਵਿਧਾਰਾ ਦਾ ਇੱਕ ਖਾਸ ਕਵੀ ਕਹਿ ਸਕਦੇ ਹਾਂ, ਜਿੱਥੋਂ ਬੌਧਿਕ ਕਾਵਿਧਾਰਾ ਦਾ ਕਵੀ ਬਾਬਾ ਬਲਵੰਤ ਨੂੰ ਹੀ ਕਿਹਾ ਜਾਂਦਾ, ਇਮਤਿਹਾਨ ਦੇ ਪੱਖ ਤੋਂ ਯਾਦ ਰੱਖਿਓ। ਜਿਹੜੀ ਇਹਨਾਂ ਦੀ ਕਾਵਿ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਵੱਖਰੀਆਂ, ਹੈ ਨਾ, ਜਿਵੇਂ ਪਹਿਲਾਂ ਗੱਲ ਕੀਤੀ ਸੀ ਆਪਾਂ ਪ੍ਰੋਫੈਸਰ ਮੋਹਨ ਸਿੰਘ ਬਾਰੇ, ਉਹ ਆਪਾਂ ਵੱਖਰਾ ਲੈ ਕੇ ਆਵਾਂਗੇ। ਬਾਬਾ ਬਲਵੰਤ ਇੱਕ ਮਾਨਵਵਾਦੀ ਵੀ ਹੈ, ਮਾਨਵਵਾਦੀ ਕਵੀ ਵੀ ਕਹਿ ਸਕਦੇ ਆਪਾਂ ਨੂੰ, ਪ੍ਰਗਤੀਵਾਦੀ ਵੀ ਕਹਿ ਸਕਦੇ ਹਾਂ। ਅਤੇ
ਬਾਕੀ ਮੁੱਢਵੇਸਕ ਪ੍ਰੇਮ ਦੇ ਨਾਲ ਸ਼ੁਰੂਆਤ ਹੁੰਦੀ ਹੈ। ਇੱਕ ਹੋਰ ਸਵਾਲ ਜਾਂ ਇੱਥੇ ਦਿਮਾਗ ਦੇ ਵਿੱਚ ਆ ਗਿਆ ਕਿ ਬਾਬਾ ਬਲਵੰਤ ਨੇ ਜ਼ਿੰਦਗੀ 'ਚ ਇਸ਼ਕ ਕੀਤਾ ਅਤੇ ਜਿਹੜੀ ਉਹਦੀ ਪ੍ਰੇਮਿਕਾ ਸੀਗੀ, ਅਤੇ ਬਾਅਦ ਦੇ ਵਿੱਚ ਬੇਸ਼ੱਕ ਉਹਦਾ ਵਿਆਹ ਹੁੰਦਾ ਅਤੇ ਵਿਆਹ ਵੀ ਧੋਖਾ ਕੀਤਾ ਜਾਂਦਾ ਵਿਆਹ ਦੇ ਵਿੱਚ ਉਹਦੇ ਨਾਲ, ਅਤੇ ਉਹ ਗੱਲਾਂ ਵੀ ਕਾਫੀ ਵੈਸੇ ਜ਼ਿੰਦਗੀ ਤੁਸੀਂ ਪੜ੍ਹ ਜ਼ਰੂਰ ਲਿਓ ਹੈ ਨਾ ਉਹਨਾਂ ਨੂੰ, ਵੈਸੇ ਇਮਤਿਹਾਨ ਦੇ ਪੱਖ ਤੋਂ ਵੈਸੇ ਸਿਰਫ ਇੱਕ ਪ੍ਰੇਮਿਕਾ ਦਾ ਨਾਮ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕਿ ਬਾਬਾ ਬਲਵੰਤ ਦੀ ਪ੍ਰੇਮਿਕਾ ਦਾ ਨਾਮ, ਕਿਉਂਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਉਹਦੀ ਜਿਹੜੀ ਸਾਹਿਤ ਦੇ ਵਿੱਚ ਸਹਾਈ ਹੋਈਆਂ ਨੇ ਜੀ ਬਿਲਕੁਲ। ਅਤੇ ਹੁਣ ਜਿਹੜੀ ਇਹਨੂੰ ਯਾਦ ਕਿਵੇਂ ਕਰਨਾ, ਜਿਹੜੇ ਪਹਿਲਾਂ ਤਾਂ ਪੰਜਾਂ ਦੀ ਗੱਲ ਕਰਦੇ ਹਾਂ, ਦੇਖੋ ਪੜ੍ਹਿਆ ਸਾਨੂੰ ਇਹ ਲੱਗਦਾ ਕਿ ਹਾਂ ਬਈ ਯਾਦ ਆ ਮੇਰੇ, ਪਰ ਪੇਪਰ ਦੇ ਵਿੱਚ ਗਲਤ ਕਰ ਦਿੰਦੇ ਹਾਂ। ਪੇਪਰ ਦੇ ਵਿੱਚ ਜਿਵੇਂ ਇਸ ਵਾਰ ਆਇਆ ਸੀ ਨੈੱਟ ਦੇ ਵਿੱਚ, ਕਿਉਂਕਿ ਤਰਤੀਬ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੂੰ ਕਾਲ ਕ੍ਰਮ ਦੇ ਅਨੁਸਾਰ ਲਿਖੋ, ਫਿਰ ਸਮੱਸਿਆ ਆਉਂਦੀ ਆ, ਆਪਾਂ ਉਹ ਵੀ ਯਾਦ ਕਰਵਾਵਾਂਗੇ। ਅਤੇ ਸਭ ਤੋਂ ਪਹਿਲਾਂ ਦੇਖੋ ਵਾਹਵਾ ਵਾਹਵਾ ਗੀਤ ਤਾਂ ਸੁਣਿਆ ਹੀ ਹੋਣਾ ਸਰ ਨੇ, ਬੋਲ ਮਿੱਟੀ ਦੇ ਵਾਵਿਆ, ਬੇਸ਼ੱਕ ਉਹ ਗੀਤ ਨੂੰ ਦਿਮਾਗ 'ਚ ਲੈ ਕੇ ਆਜੋ, ਬੇਸ਼ੱਕ ਵਾਵੇ ਦਾ ਨਾਮ ਲੈ ਕੇ ਆਜੋ, ਵਾਹਵਾ ਕਲਾਕਾਰ ਆ ਸਾਡੇ ਕੋਲ ਅੱਜ ਕੱਲ੍ਹ ਰਣਜੀਤ ਬਾਵਾ, ਉਹਦਾ ਨਾਮ ਲੈ ਕੇ ਆਜੋ ਦਿਮਾਗ 'ਚ ਯਾਦ ਕਰਨਾ ਗਾ। ਅਤੇ ਮਹਾਨਾਚ ਉਸ ਗੀਤ 'ਤੇ ਨੱਚਿਆ ਜਾ ਸਕਦਾ ਹੈ ਨਾ, ਜਾਂ ਅਸੀਂ ਕਹਿ ਸਕਦੇ ਵਾਵਾ ਵਾਵੇ ਤੋਂ ਤੁਹਾਡੇ ਮਹਾਨਾਚ ਤਾਂ ਯਾਦ ਆ ਹੀ ਜਾਣਾ ਗਾ। ਮਹਾਨਾਚ ਨੱਚਿਆ ਗਿਆ ਜੀ ਇੱਕ ਅਮਰ ਗੀਤ ਦੇ ਉੱਪਰ, ਗੀਤ ਜਿਹੜਾ ਸੀਗਾ ਉਹ ਅਮਰ ਗੀਤ ਸੀਗਾ, ਵਾਵਾ ਗੀਤ ਹੈ ਨਾ ਉਹੀ ਯਾਦ ਰੱਖ ਲਿਓ, ਬੋਲ ਮਿੱਟੀ ਦੇ ਵਾਵਿਆ, ਠੀਕ ਹੈ ਨਾ। ਅਤੇ ਉਹ ਮਹਾਨਾਚ ਨੱਚਿਆ ਗਿਆ ਉਸੇ ਅਮਰ ਗੀਤ ਦੇ ਉੱਪਰ, ਅਤੇ ਜਵਾਲਾਮੁਖੀ ਜਦੋਂ ਮਹਾਨਾਚ ਨੱਚਿਆ ਜਾ ਰਿਹਾ ਸੀ ਅਮਰ ਗੀਤ 'ਤੇ, ਤਾਂ ਇੱਕ ਜਵਾਲਾਮੁਖੀ ਫਟਿਆ ਨੇੜੇ ਬੰਦਰਗਾਹ ਸੀ, ਇੱਕ ਉੱਥੇ ਇੱਕ ਜਵਾਲਾਮੁਖੀ ਫਟਿਆ ਨੇੜੇ ਇੱਕ ਬੰਦਰਗਾਹ ਸੀਗੀ। ਉਸ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਉਹਨੂੰ ਸੁਗੰਧਾਂ ਮਿਲੀ, ਸੁਗੰਧਾਂ ਮਹਿਸੂਸ ਹੋਈਆਂ ਵਾਵੇ ਨੂੰ, ਬਸ ਸੁਗੰਧ ਮਹਿਸੂਸ ਕੀਤੀ ਉਹਨੇ। ਹੁਣ ਇਹਨਾਂ ਦੇ ਸਾਲ ਕਿਵੇਂ ਯਾਦ ਕਰਨੇ ਆ, 1941 ਯਾਦ ਰਹਿ ਜਾਣਾ, ਰੱਖਣਾ ਹੀ ਪੈਣਾ, ਯਾਦ ਰੱਖੋ ਜਿਵੇਂ ਮਰਜ਼ੀ ਰੱਖੋ, ਠੀਕ ਹੈ ਨਾ ਜੀ। 1941 ਦੇ ਵਿੱਚ ਮਹਾਨਾਚ ਨੱਚਿਆ ਜਾਂਦਾ ਅਮਰ ਗੀਤ, ਅਤੇ 1942 ਦੇ ਵਿੱਚ ਨਾਲ ਹੀ, ਅਤੇ 1943 'ਚ ਜਵਾਲਾਮੁਖੀ ਫਟਦਾ ਹੈ। ਅਤੇ ਉਸ ਤੋਂ ਬਾਅਦ ਪਹਿਲੇ ਕਾਵਿ ਸੰਗ੍ਰਹਿ ਮਹਾਂਕਾਵਿ ਤੋਂ 10 ਸਾਲਾਂ ਬਾਅਦ 1951 ਦੇ ਵਿੱਚ ਬੰਦਰਗਾਹ ਜਿਹੜਾ ਕਾਵਿ ਸੰਗ੍ਰਹਿ, ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਮਹਾਨਾਚ 1941 'ਚ ਅਤੇ ਬੰਦਰਗਾਹ 1952 'ਚ, 10 ਸਾਲ ਦਾ ਫਰਕ ਆ। ਅਮਰ ਗੀਤ 42 ਦੇ ਵਿੱਚ, ਜਵਾਲਾਮੁਖੀ 43 ਦੇ ਵਿੱਚ, ਅਤੇ ਸੁਗੰਧ ਸਮੀਰ 59 ਦੇ ਵਿੱਚ, ਆਏ 8 ਸਾਲ ਦਾ ਫਰਕ ਹੈ। ਅਤੇ ਇਸ ਤਰੀਕੇ ਨਾਲ ਤੁਸੀਂ ਦਿਮਾਗ 'ਚ ਕਿਵੇਂ ਮਰਜ਼ੀ ਨੂੰ ਬਿਠਾ ਲਓ ਅਤੇ ਯਾਦ ਕਰ ਲਓ ਪੰਜਾਂ ਬਾਰੇ। ਹੁਣ ਇਕੱਲਾ ਮਹਾਨਾਚ ਦੇ ਵਿੱਚ ਕੀ ਆ, ਅਮਰ ਗੀਤ ਵਿੱਚ ਕੀ ਆ, ਜਵਾਲਾਮੁਖੀ 'ਚ ਕੀ ਆ, ਬੰਦਰਗਾਹ 'ਚ ਕੀ ਆ, ਸੁਗੰਧ ਸਮੀਰ 'ਚ ਕੀ ਆ, ਇਹ ਵੀ ਇੱਕ ਵੱਖਰੀ ਵੀਡੀਓ ਬਣ ਸਕਦੀ ਆ, ਕਾਵਿ ਵਿਸ਼ੇਸ਼ਤਾਵਾਂ ਦੀ ਇੱਕ ਵੱਖਰੀ ਬਣ ਸਕਦੀ ਆ। ਕੋਸ਼ਿਸ਼ ਕਰਾਂਗੇ ਆਪਾਂ ਇੱਕ ਵੱਖਰੀ ਵੀਡੀਓ ਬਣਾਉਣ ਦੀ। ਪਰ ਜਿਹੜੇ ਇੱਕ ਦੋ ਸਵਾਲ ਕੀਤੇ ਆ, ਜੇ ਉਹ ਸਵਾਲਾਂ ਦੇ ਜਵਾਬ ਤੁਹਾਡੇ ਕਮੈਂਟ ਦੇ ਵਿੱਚ ਆਉਣ ਤਾਂ ਹੋਰ ਵੀ ਚੰਗਾ ਹੋਊਗਾ, ਤਾਂ ਜੋ ਆਪਾਂ ਜਿਹੜੀ ਅਗਲੇ ਵੀਡੀਓ ਦੇ ਵਿੱਚ ਨਾਲੇ ਤਾਂ ਉਹ ਸਵਾਲਾਂ ਬਾਰੇ ਗੱਲ ਕਰਾਂਗੇ ਅਤੇ ਨਾਲੇ ਅਗਲੇ ਆਪਾਂ ਵੀਡੀਓ ਬਣਾਵਾਂਗੇ। ਪਰ ਇਹ ਕਮੈਂਟਾਂ 'ਤੇ ਆ, ਜਿੰਨੇ ਕੁ ਤੁਹਾਡੇ ਕਮੈਂਟ, ਜਿੰਨੇ ਕੁ ਤੁਸੀਂ ਸ਼ੇਅਰ ਕਰੋਗੇ ਵੀਡੀਓ ਨੂੰ, ਕਿਉਂਕਿ ਜਿੰਨੇ ਵੱਧ ਤੋਂ ਵੱਧ ਸਾਡੇ ਨਾਲ ਜੁੜਨਗੇ ਅਸੀਂ ਉਨੀਆਂ ਹੀ ਵੱਧ ਤੋਂ ਵੱਧ ਵੀਡੀਓ ਲੈ ਕੇ ਆਵਾਂਗੇ। ਇੱਕ ਦਿਨ ਦੇ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਇੱਕ ਵੀਡੀਓ ਲੈ ਕੇ ਆਉਣ ਦੀ, ਵੱਧ ਤੋਂ ਵੱਧ, ਕਦੇ ਦੋ ਵੀ ਹੋ ਕਰਾਂਗੇ, ਪਰ ਵਾਅਦਾ ਕੋਈ ਨਹੀਂ ਕਰਦੇ ਹੈ ਨਾ, ਸਮੇਂ ਦੀ ਦਿੱਕਤ ਹੈ ਸਾਰਿਆਂ ਨੂੰ, ਅਤੇ ਤੁਹਾਨੂੰ ਸੁਣਨ ਦੇ ਵਿੱਚ ਵੀ ਸਮਾਂ ਕੱਢਣਾ ਪੈਣਾ, ਅਤੇ ਸਾਨੂੰ ਬਣਾਉਣ ਦੇ ਵਿੱਚ, ਬਣਾਉਣ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ। ਸੁਣ ਤੁਸੀਂ 5-7 ਮਿੰਟ ਲੈਂਦੇ ਹੋ, ਅਤੇ ਬਣਾਉਣ ਵਾਸਤੇ ਅੱਧਾ ਘੰਟਾ ਲੱਗ ਜਾਂਦਾ 5-7 ਮਿੰਟ ਲਈ, ਅਤੇ ਮਾਫੀ ਚਾਹੁੰਦੇ ਹਾਂ। ਪਰ ਫਿਲਹਾਲ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਥੇ ਹੀ ਇਜਾਜ਼ਤ ਲੈਂਦੇ ਅੱਜ ਲਈ, ਧੰਨਵਾਦ। ਬੜੀ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ, ਰੱਬ ਰਾਖਾ, ਖੁਸ਼ ਰਹੋ।